मिस्टर पेंडू जट चैनल को सब्सक्राइब करें और बेल आइकन को दबाएं हमारी लेटेस्ट वीडियो सबसे पहले देखने के लिए। हाँ जी, सत श्रीकाल जी सारिआं नूं। ते पहला तां तुहाडा बहुत बहुत धन्नवाद जिहड़े तुसीं चैनल नूं इन्नी सपोर्ट कीती। अज आपां जिहड़ा 1,00,000 सबसक्राइबर पार कर गए हां, ते तुहाडी सपोर्ट वास्ते बहुत बहुत धन्नवाद। ते बाकी जिहड़ी वीडियो बहुत टाइम बाद आन दई है, कुछ मैं चैनल ते वीडियो बहुत घट हुण अपलोड हो रहीआं ने। मैं दूजे जिहड़े ट्रेडर बना रहा सी इस करके, ਤੇ ਵੈਸੇ ਮੈਂ ਛੋਟੀ ਜਿਹੀ ਇੱਕ ਵੀਡੀਓ ਪਾਈ ਹੈ ਕਿਉਂਕਿ ਇੱਕ ਪ੍ਰੀਤ ਟਰੈਕਟਰ ਮੇਰੇ ਕੋਲ ਪਿਆ ਸੀ ਮਾਡਲ, ਜਿਹਨੇ ਮੈਂ ਅਨਬੋਕਸਿੰਗ ਨਹੀਂ ਸੀ ਕੀਤੀ, ਅਤੇ ਨਾਲੇ ਦੀ ਆਪਾਂ ਅਨਬੋਕਸਿੰਗ ਕਰ ਲੈਂਦੇ ਹਾਂ, ਨਾਲੇ ਨੈਕਸਟ ਦੀਆਂ ਵੀਡੀਓ ਬਾਰੇ ਮੈਂ ਤੁਹਾਨੂੰ ਦੱਸਦਾ ਵਾਂ। ਆਹ ਵੇਖੋ ਜੀ, ਆਏ ਆਪਣਾ ਪ੍ਰੀਤ ਦਾ ਮਾਡਲ, ਕੀਤਾ ਸੀ, ਵੇਖ ਸਕਦੇ ਤੁਸੀਂ ਕੁਛ ਹੋਰ ਪ੍ਰੀਤ ਦੀ ਜਿਹੜੇ ਟਾਇਰ ਨੇ ਇਹਨੂੰ ਨਿੱਕੇ ਪਾਏ ਨੇ, ਜਿਹੜੀ ਸਭ ਨਾਲ ਇਹਦੀ ਮੈਨੂੰ ਗੱਲ ਲੱਗੀ ਗਲਤ, ਕਿਉਂਕਿ ਬਾਕੀ ਜਿਹੜੇ ਮਾਡਲ ਸੀ ਸਵਰਾਜ ਅਰਜਨ ਉਹਨਾਂ ਸਾਰਿਆਂ ਵੱਡੇ ਟਾਇਰ ਨੇ, ਅਤੇ ਇਹਨੂੰ ਜਿਹੜਾ ਉੱਤੋਂ ਬਾਡੀ ਏਡੀ ਵੱਡੀ ਹੈ, ਅਤੇ ਟਾਇਰ ਵੇਖੋ ਮਗਰਾੜ ਤੋਂ ਜਿਵੇਂ ਛੋਟੇ ਛੋਟੇ ਟਾਇਰ ਦਿੱਤੇ ਆ। ਅਤੇ ਮੋਡੀਫਾਈ ਕਰਾਂਗੇ ਵੈਸੇ, ਅਤੇ ਟਾਇਰ ਤਾਂ ਆਪਾਂ ਬਦਲਾਂਗੇ, ਚੇਂਜ ਕਰਾਂਗੇ, ਇਹ ਟਾਇਰ ਨਹੀਂ ਲਾਉਂਦੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਜਿਹੜੀਆਂ ਨੈਕਸਟ ਵੀਡੀਓ ਆਉਣਗੀਆਂ, ਬਹੁਤ ਛੇਤੀ ਮੈਂ ਕੱਲ੍ਹ ਜਾਂ ਪਰਸੋਂ ਤੱਕ ਇਸੇ ਚੈਨਲ 'ਤੇ ਟੋਜਨਾ ਦੀ ਵੀਡੀਓ ਲਿਆਉਣ ਲੱਗਾ ਵਾਂ, ਲਗਾਤਾਰ ਜਿਹੜੀਆਂ 5-6 ਵੀਡੀਓ ਜਾਣਗੀਆਂ ਟੋਜਨਾ ਦੀਆਂ, ਕਿਉਂਕਿ ਪਹਿਲਾਂ ਬਹੁਤ ਪੁਰਾਣੇ ਕਮੈਂਟ ਆਏ ਭਰਾਵਾਂ ਦੇ ਕਿ ਇਸ ਟਰੱਕ ਨਾਲ ਟਰੇਡਰਾਂ ਨੇ ਟੋਜਨ ਕਰਾ ਕੇ ਵਿਖਾਓ, ਅਤੇ ਵਿੱਚ ਟਰੱਕ ਖਰਾਬ ਹੋ ਗਿਆ ਸੀ, ਮੋਟਰ ਸੜ ਗਈ ਸੀ ਇਹਦੀ, ਅਤੇ ਗਰਾਰੀਆਂ ਵੀ ਟੁੱਟ ਗਈਆਂ ਸੀ, ਅਤੇ ਉਸ ਤੋਂ ਬਾਅਦ ਜਿਹੜੀ ਮੈਂ ਬਾਅਦ 'ਚ ਮੋਟਰਾਂ ਮੰਗਾਈਆਂ ਸੀ ਉਹਦੀ ਜਿਹੜੀ ਅਨਬੋਕਸਿੰਗ ਚੈਨਲ 'ਤੇ ਤੁਹਾਨੂੰ ਵੀਡੀਓ ਮਿਲ ਜੂਗੀ। ਆਹ ਜਿਹੜੀ ਮੋਟਰ ਖੱਟੀ ਦੂਜੇ ਚੈਨਲ 'ਤੇ, ਇਹ ਮੋਟਰ ਆਪਾਂ ਯੂਜ਼ ਕਰਕੇ ਟਰੱਕ ਨੂੰ ਸਹੀ ਕਰ ਲਿਆ ਹੁਣ, ਅਤੇ ਬਾਕੀ ਵਧੀਆ ਚੱਲ ਰਿਹਾ ਟਰੱਕ 'ਤੇ। ਕੱਲ੍ਹ ਜਾਂ ਪਰਸੋਂ ਤੱਕ ਮੈਂ ਇਹਦੇ ਟੋਜਨਾਂ 'ਚ ਵੀਡੀਓ ਪਾ ਦਾਂਗਾ, ਇਹਦਾ ਟੋਜਨ ਕਰਾਊਂਗਾ। ਦੂਜੇ ਸਾਰੇ ਟਰੇਡਰਾਂ ਨਾਲ ਆਪਣੇ ਨਾਲ ਸੋਨਾਲਿਕਾ, ਨਿਊਲੈਂਡ, ਅਰਜਨ ਅਤੇ ਸਵਰਾਜ ਵੀ ਮੈਂ ਤਿਆਰ ਕਰ ਰਿਹਾ, ਜੇ ਉਸ ਤੋਂ ਪਹਿਲਾਂ ਤਿਆਰ ਹੋ ਗਿਆ ਤਾਂ ਉਹਦੀ ਵੀ ਟੋਜਨ ਵੀਡੀਓ ਮੈਂ ਪਾ ਦਾਂਗਾ। ਫਿਲਹਾਲ ਮੈਂ ਇਹਨੂੰ 4x4 ਰੱਖਿਆ, ਜਿਹੜਾ ਫਰੰਟ ਐਕਸਲ ਹੈ ਉਹਨੂੰ ਕੋਈ ਕਨੈਕਸ਼ਨ ਨਹੀਂ ਦਿੱਤਾ, ਉਹਨੂੰ ਖਾਲੀ ਛੱਡਤਾ, ਕਿਉਂਕਿ ਪਹਿਲੀ ਮੋਟਰ ਵੀ ਤਾਂ ਹੀ ਸੜੀ ਸੀ ਕਿਉਂਕਿ 6 ਟਾਇਰਾਂ ਦਾ ਲੋਡ ਜ਼ਿਆਦਾ ਆ ਜਾਂਦਾ ਮੋਟਰ 'ਤੇ, ਇਸ ਕਰਕੇ ਆਪਾਂ ਜਿਹੜੀ ਆ ਮੋਟਰ ਪਿਛਲੇ 4 ਟਾਇਰਾਂ 'ਤੇ ਇੱਕ ਵਾਰੀ ਲਾਈਏ। ਮੋਟਰ ਤੁਸੀਂ ਵੇਚ ਸਕਦੇ ਹੋ, ਵੈਸੇ ਮੋਟਰ ਦੀ ਅਨਬੋਕਸਿੰਗ ਦੀ ਵੀਡੀਓ ਵੀ ਹੈਗੀ ਹੈ ਦੂਸਰੇ ਚੈਨਲ 'ਤੇ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਉਹ ਤਾਂ ਮੈਂ ਚਲਾ ਕੇ ਵੇਖਿਆ ਵੀ ਮੋਟਰ ਠੀਕ ਹੈ, ਵਾਹਵਾ ਪਾਵਰਫੁੱਲ ਹੈ, ਬਾਕੀ ਟੋਜਨ ਦੇ ਟਾਈਮ ਪਤਾ ਲੱਗੂਗਾ ਕਿਵੇਂ ਹਾਲ ਕਰਦੀ ਹੈ। ਬਾਕੀ ਮੈਂ ਤੁਹਾਨੂੰ ਇੱਕ ਵਾਰੀ ਚਲਾ ਕੇ ਵਿਖਾ ਦੇਣਾ ਮੋਟਰ, ਸਪੀਡ ਕੰਟਰੋਲਰ ਯੂਜ ਕਰਾਂਗੇ। ਕਨੈਕਸ਼ਨ ਲਾ ਤਾ ਆਪਾਂ, ਸਾਡੇ ਮੋਟਰ ਦੀ ਸਭ ਨਾਲ ਲੋ ਸਪੀਡ ਹੈ, ਅਤੇ ਕਿੰਨੀ ਸਲੋ ਜਿਹੜੀ ਮੋਟਰ ਖੇਡ ਸਕਦੀ ਹੈ, ਸਪੀਡ ਵਧਾਉਂਦੇ ਹਾਂ ਆਪਾਂ। ਫੁੱਲ ਸਪੀਡ ਹੈ, ਟਾਇਰ ਰੁਕਦੇ ਨਹੀਂ, ਰੁਕਿਆ ਨਹੀਂ, ਇੱਕ ਸਾਈਡ ਦੇ ਟਾਇਰ 'ਤੇ ਰੁਕ ਜਾਂਦੇ ਜਿੱਦਾਂ ਜੀ।
ਮੋਟਰਸ ਵੇਚ ਸਕਦੇ ਤੁਸੀਂ। ਵੇਖਣ 'ਚ ਤਾਂ ਮੈਨੂੰ ਬਹੁਤ ਵੈਸੇ ਪਾਵਰਫੁਲ ਲੱਗਣਗੇ ਮੋਟਰ, ਬਾਕੀ ਸੋਚਣਾ ਜ ਵਹਿੰਦੇ ਹਾਂ। ਟਰੈਕਟਰ ਖਿੱਚਦਾ ਕਿ ਇਹ ਖਿੱਚਦਾ, ਅਤੇ ਬਾਕੀ ਮੈਨੂੰ ਕਮੈਂਟਾਂ 'ਚ ਥੱਲੇ ਇੱਕ ਵਾਰੀ ਮੈਨੂੰ ਇਹ ਦੱਸ ਦਿਓ ਕਿ ਜਿਹੜੇ ਇਹਨਾਂ ਦੇ ਮੈਂ ਟੋਸ਼ਨ ਕਰਾਉਣੇ ਆ ਉਹ ਮਿੱਟੀ 'ਚ ਰੇਤਾ 'ਚ ਕਰਾਵਾਂ ਜਾਂ ਪੱਕੇ ਥਾਂ 'ਤੇ, ਜਿਵੇਂ ਦੂਜੇ ਟਰੈਕਟਰਾਂ ਦੇ ਮੈਂ ਪੱਕੇ ਥਾਂ 'ਤੇ ਕਰਾਉਂਦਾ, ਕਈਆਂ ਦੇ ਰੇਤਾ 'ਚ ਵੀ ਕਰਾਉਂਦਾ। ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿੱਦਾਂ ਦੇ ਕਮੈਂਟ ਆਉਣਗੇ ਫਿਰ ਉਸ ਹਿਸਾਬ ਨਾਲ ਆਪਾਂ ਟੋਸ਼ਨ ਕਰਾ ਦਾਂਗੇ ਇਹਦੇ ਟਰੈਕਟਰਾਂ ਨਾਲ। ਜੇ ਤਾਂ ਕਹੋਗੇ ਰੇਤਾ 'ਚ ਤਾਂ ਆਪਾਂ ਰੇਤਾ 'ਚ ਕਰਾ ਦਾਂਗੇ, ਜੇ ਪੱਕੇ ਥਾਂ 'ਤੇ ਕਹੋਗੇ ਟੋਸ਼ਨ ਵਾਲੀ ਤਾਂ ਆਪਾਂ ਜਿਹੜਾ ਪੱਕੇ ਥਾਂ 'ਤੇ ਵੀ ਇਹਨੇ ਟੋਸ਼ਨ ਕਰਾ ਦਾਂਗੇ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ, ਅਤੇ ਚੈਨਲ 'ਤੇ ਜਿਹੜਾ ਵੀ ਪੁਰਾਣਾ ਨਵਾਂ ਹੈ ਸਬਸਕ੍ਰਾਈਬ ਕਰ ਲਓ ਚੈਨਲ ਨੂੰ।